ਪਹਿਲੀ ਵਾਰੀ ਦੇਖ ਰਹੇ ਹਾਂ ਕਿ ਐਸਾ ਫੈਸਟ ਇੰਡੀਆ ਵਿੱਚ ਹੋ ਰਿਹਾ। ਬਾਹਰ ਤਾਂ ਬਹੁਤ ਦੇਖਿਆ ਕਿ ਚੱਲਦਾ ਰਹਿੰਦਾ ਹੁੰਦਾ, ਉਹ ਇੰਜੋਏ ਬਹੁਤ ਕਰਦੇ ਲੋਕ। ਡਸਟੀ ਅਫੇਅਰ ਟ੍ਰਾਈ ਸਿਟੀ ਦਾ ਪਹਿਲਾ ਆਫ ਰੋਡ ਫੈਸਟ ਹੈਗਾ, ਜਿਹਦੇ ਵਿੱਚ ਵਿਮਨ ਆਰ ਇੰਜੋਇੰਗ ਦੀ ਲਾਈਵ ਮਿਊਜ਼ਿਕ ਐਂਡ ਦੇ ਕੈਨ ਬੀ ਪਾਰਟ ਐਂਡ ਦੇ ਆਰ ਬੀਂਗ ਪਾਰਟ ਆਫ ਦਿਸ। ਪਾਰਟਿਸਪੈਂਟਸ ਹੈਗੀਆਂ ਸਾਡੇ ਕੋਲ ਐਂਡ ਮੈਨ ਇਜ਼ ਦੇਅਰ, ਸੋ ਦਿਸ ਇਜ਼ ਦ ਫਰਸਟ ਟਾਈਮ ਇਟ ਇਜ਼ ਡਨ। ਟਰੈਕ ਦੇਖ ਰਹੇ ਅਸੀਂ, ਇੱਕ ਉਹ ਟਰੈਕ ਆ, ਇੱਕ ਆਹ ਟਰੈਕ ਆ, ਇੱਕ ਟਰੈਕ ਹੈਗਾ, ਤਿੰਨ ਚਾਰ ਟਰੈਕ ਨੇ। ਇਹ ਟਰੈਕ 'ਤੇ ਕਿਹੜੀ ਕਿਹੜੀ ਗੱਡੀਆਂ ਚੱਲ ਰਹੀਆਂ ਨੇ, ਜਾਂ ਇਹ ਕਿ ਸਾਰੀ ਗੱਡੀ ਇੱਕ ਟਰੈਕ 'ਚ ਮੂਵ ਕਰਨੀ, ਕਿਹੜੀ ਹਿਸਾਬ ਹੈ ਇਹਦਾ? ਇਹ ਆਫ ਰੋਡਿੰਗ ਦੀਆਂ ਚਾਰ ਸਟੇਜਿਸ ਹੈਗੀਆਂ ਜੀ, ਦੈਟ ਇਜ਼ ਸਟੇਜ 1, 2, 3 ਐਂਡ 4। ਹਰ ਕੈਟੇਗਰੀ ਦੀ ਗੱਡੀ ਆਪਣੇ ਹਿਸਾਬ ਨਾਲ ਇੱਥੋਂ ਦੀ ਜਾਏਗੀ, ਉਹਦਾ ਟਾਈਮ ਨੋਟ ਔਰ ਪੈਨਲਟੀ ਨੋਟ ਕੀਤੀ ਜਾਏਗੀ। ਜਿੰਨੀਆਂ ਮੇਰੀਆਂ 50 ਗੱਡੀਆਂ ਪਾਰਟਿਸਪੈਂਟਸ ਹਨ, ਸਾਰੀਆਂ ਇਸ ਟਰੈਕਸ ਤੋਂ, ਇਸ ਆਫ ਰੋਡਿੰਗ ਦੇ ਓਬਸਟੀਕਲਸ ਤੋਂ ਲੰਘਣਗੀਆਂ। ਕਿਹੜੀ ਕਿਹੜੀ ਗੱਡੀ ਮੈਮ ਆ ਰਹੀਆਂ ਨੇ? ਜਿਵੇਂ ਮੇਰੇ ਕੋਲ ਜੀ ਜਿਪਸੀ ਸਟਾਕ ਹੈਗੀ ਹੈ, ਮੇਰੇ ਕੋਲ ਇੰਡੈਵਰ ਹੈਗੀ ਹੈ, ਮੇਰੇ ਕੋਲ ਗੋਰਖਾ ਹੈਗੀ ਹੈ, ਥਾਰ ਹੈਗੀ ਹੈ, ਸਫਾਰੀ ਹੈਗੀਆਂ ਨੇ, ਐਸ ਯੂ ਵੀ ਦੇ ਵਿੱਚ ਸਕਾਰਪੀਓਜ਼ ਹੈਗੀਆਂ ਨੇ, ਸੋ ਯੂ ਨੇਮ ਇਟ, ਅਤੇ ਮੇਰੇ ਕੋਲ ਸਾਰੀ ਮਸ਼ੀਨ ਇੰਜਨਸ ਹੈਗੀ। ਇਸ ਤਰੀਕੇ ਨਾਲ ਕਿ ਇੱਕ ਗੱਡੀ ਬੰਦੇ ਨੇ ਗੱਡੀ ਪਾਵਰਫੁੱਲ ਲੈ ਲਈ ਅਤੇ ਡਰਾਈਵਰ ਥੋੜ੍ਹਾ ਉਸ ਨੋਰਮਲ ਲੈਵਲ ਦਾ, ਉਹ ਗੱਡੀ ਵਿਨ ਹੋ ਜਾਏਗੀ। ਇਸ ਤਰੀਕੇ ਨਾਲ ਹੁੰਦਾ ਕਿ ਦੋਵਾਂ ਦਾ ਮਿਕਸਿੰਗ ਹੋਣਾ ਬਹੁਤ ਜ਼ਰੂਰੀ ਹੈ ਜੀ, ਸਕਿੱਲ ਹੋਣੀ ਜ਼ਰੂਰੀ ਹੈਗੀ ਹੈ। ਕਹਿੰਦੇ ਘੋੜਾ ਲੈ ਲਓਗੇ ਤਾਂ ਸਵਾਰੀ ਵੀ ਤਾਂ ਆਉਣੀ ਚਾਹੀਦੀ। ਅਸੀਂ ਇਹ ਪਿਛਲੇ 9 ਸਾਲਾਂ ਤੋਂ ਕਰ ਰਹੇ ਹੈਗੇ ਹਾਂ, ਵੀ ਬਿਨ ਡੂਇੰਗ ਫੋਰ ਡਿਫਰੈਂਟ ਲੈਵਲਸ। ਫੋਰੈਸਟ ਹਿੱਲ ਕਰਵਾਇਆ ਗਿਆ, ਸੁਖਵਿਲਾਸ 'ਚ ਕਰਵਾਇਆ ਗਿਆ, ਸਾਡਾ ਗੁੜਗਾਉਂ ਦੇ ਵਿੱਚ ਆਫ ਰੋਡ ਐਡਵੈਂਚਰ ਜ਼ੋਨ ਕਰਕੇ ਆਪਣੀ ਥਾਂ ਹੈਗੀ ਹੈ, ਵੀ ਬਿਨ ਡੂਇੰਗ ਇਟ ਦੇਅਰ। ਮੇਰੇ ਕੋਲ ਡੈਲੀ ਤੋਂ ਜ਼ੈਨ ਐਕਸਪਰਟ ਜਿਨ੍ਹਾਂ ਨੇ ਟਰੈਕ ਡਿਜ਼ਾਈਨ ਕੀਤਾ, ਔਰ ਟਰੈਕ ਪਹਿਲਾਂ 3D ਹੋਇਆ, ਫਿਰ ਇਨ ਬੀਂਗ ਹੋਇਆ, ਫਿਰ ਇਹਦੀ ਟੈਸਟਿੰਗ ਕੀਤੀ ਗਈ ਹੈ, ਤਾਂ ਲਗਾਤਾਰ 5-6 ਦਿਨਾਂ ਤੋਂ ਇਹ ਟਰੈਕ 'ਤੇ ਕੰਮ ਕੀਤਾ ਜਾ ਰਿਹਾ। ਗੱਡੀ ਦਾ ਜਿਹੜੀ ਉਹ ਕਿੰਨੀ ਸਾਰੀ ਸਪੈਸੀਫਿਕੇਸ਼ਨ ਦੱਸਦੇ ਆ ਕਿ ਜੀ ਇਹਦੇ 'ਚ ਆਹ ਲੋਕ ਹੈ, ਇਹਦੇ ਵਿੱਚ ਇੱਦਾਂ ਉੱਦਾਂ, ਪਰ ਜਦ ਤੱਕ ਤੁਸੀਂ ਉਹਨੂੰ ਸਹੀ ਟਰੈਕ 'ਤੇ ਨਹੀਂ ਪਜਾਓਗੇ, ਤੁਹਾਨੂੰ ਗੱਡੀ ਦੀ ਪਾਵਰ ਦਾ ਹੀ ਨਹੀਂ ਪਤਾ ਚੱਲੇਗਾ। ਗੱਡੀ ਦਾ ਪਾਵਰ ਤਦੋਂ ਪਤਾ ਚੱਲੇਗਾ ਜਦੋਂ ਉਹਨੂੰ ਤੁਸੀਂ ਕਿਸੇ ਸਟਰਗਲ 'ਚ ਪਾਓਗੇ, ਔਰ ਅਸੀਂ ਉਹਨਾਂ ਨੂੰ ਸਟਰਗਲ ਦਿੱਤੀ ਹੈ, ਅਸੀਂ ਪੰਜਾਬੀਆਂ ਲਈ ਪਲੇਗਰਾਊਂਡ ਦਿੱਤਾ, ਆਓ ਖੇਡੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਅਤੇ ਮੈਂ ਹਾਂ ਧਰੂਪਦੀਪ ਸਿੰਘ। ਮੋਹਾਲੀ ਵਿੱਚ ਨੇੜੇ ਡਸਟੀ ਫੋਰੈਸਟ ਫੈਸਟ ਚੱਲਿਆ ਹੋਇਆ, ਜਿਹਦੇ ਵਿੱਚ ਆਫ ਰੋਡਿੰਗ ਕਾਰ ਆਪਣਾ ਆਪਣਾ ਕਰਤੱਵ ਦਿਖਾ ਰਹੀਆਂ ਨੇ। ਸਾਡੇ ਨਾਲ ਮੈਮ ਮੌਜੂਦ ਨੇ, ਮੈਮ ਨਾਲ ਗੱਲਬਾਤ ਕਰਨ ਦਾ ਸਵਾਗਤ ਤੋਂ ਪਹਿਲਾਂ ਮੈਮ, ਪਹਿਲੀ ਵਾਰੀ ਦੇਖ ਰਹੇ ਹਾਂ ਕਿ ਐਸਾ ਫੈਸਟ ਇੰਡੀਆ ਵਿੱਚ ਹੋ ਰਿਹਾ। ਬਾਹਰ ਤਾਂ ਬਹੁਤ ਦੇਖਿਆ ਕਿ ਚੱਲਦਾ ਰਹਿੰਦਾ ਹੁੰਦਾ, ਉਹ ਇੰਜੋਏ ਬਹੁਤ ਕਰਦੇ ਲੋਕ, ਅਤੇ ਇਹਦੇ ਬਾਰੇ ਦੱਸੋ ਤਾਂ ਜਦੋਂ ਸ਼ੁਰੂਆਤ ਕੀਤੀ ਹੈ ਫੈਸਟ ਦੀ, ਤਾਂ ਤੁਹਾਨੂੰ ਮੰਚ ਕਿਵੇਂ ਆਇਆ, ਵੀ ਇੰਡੀਆ 'ਚ ਵੀ ਤਾਂ ਹੋਣਾ ਚਾਹੀਦਾ, ਪਹਿਲਾਂ ਤੁਸੀਂ ਕਿਤੇ ਕਰਦੇ ਹੋ ਜੀ? ਪਹਿਲਾਂ ਤਾਂ ਆਈ ਵੁੱਡ ਲਾਈਕ ਟੂ ਸੇ ਥੈਂਕਸ ਟੂ ਯੂ, ਤੁਸੀਂ ਆਏ ਹੋ ਉਰੇ। ਡਸਟੀ ਅਫੇਅਰ ਟ੍ਰਾਈ ਸਿਟੀ ਦਾ ਪਹਿਲਾ ਆਫ ਰੋਡ ਫੈਸਟ ਹੈਗਾ, ਜਿਹਦੇ ਵਿੱਚ ਪੂਰੀ ਫੈਮਿਲੀ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਿਉਂ ਹੋਇਆ ਗਿਆ? ਬਿਕੋਜ਼ ਮੈਂ ਇੱਕ ਮੋਟਰ ਸਪੋਰਟ ਬੈਕਗਰਾਊਂਡ ਤੋਂ ਹੈਗੀ ਹਾਂ, ਮੈਨੂੰ ਆਪ ਹੈਗਾ, ਤੋ ਜਦੋਂ ਮੈਨ ਯੂਜ ਟੂ ਕਮ ਇਨ ਦਿਸ ਸਪੋਰਟ, ਇੱਕ ਤਾਂ ਵਿਮੈਨ ਵਾਂਟਿਡ ਟੂ ਕਮ, ਇੱਕ ਉਹ ਮਿਥ ਹੈਗਾ ਰਿਸ ਫੈਕਟਰ ਨੂੰ ਖਤਮ ਕਰਨ ਲਈ। ਦੂਜਾ ਅਕਸਰ 'ਚ ਇਹ ਹੋ ਜਾਂਦਾ ਸੀਗਾ ਕਿ ਸੰਡੇ ਹੈ ਜੀ, ਬੰਦੇ ਤਾਂ ਬਾਹਰ ਚਲੇ ਗਏ, ਅਸੀਂ ਕੀ ਕਰੀਏ? ਸੋ ਆਈ ਵਾਂਟਿਡ ਦੈਟ ਦਿਸ ਸ਼ੁੱਡ ਬੀ ਅ ਫੈਮਿਲੀ ਅਫੇਅਰ, ਜਿੱਥੇ ਬੱਚਿਆਂ ਲਈ ਪੇਂਟਿੰਗਸ ਅਤੇ ਉਹਨਾਂ ਦੀ ਆਰਟ ਐਕਟੀਵਿਟੀਜ਼ ਅਤੇ ਹੋਰ ਫਿਜ਼ੀਕਲ ਐਕਟੀਵਿਟੀਜ਼ ਚੱਲ ਰਹੀਆਂ, ਵਿਮੈਨ ਆਰ ਇੰਜੋਇੰਗ ਦੀ ਲਾਈਵ ਮਿਊਜ਼ਿਕ ਐਂਡ ਦੇ ਕੈਨ ਬੀ ਪਾਰਟ ਐਂਡ ਦੇ ਆਰ ਬੀਂਗ ਪਾਰਟ ਆਫ ਦਿਸ। ਪਾਰਟਿਸਪੈਂਟਸ ਹੈਗੀਆਂ ਸਾਡੇ ਕੋਲ ਐਂਡ ਮੈਨ ਇਜ਼ ਦੇਅਰ, ਤੋ ਇੱਕ ਸੰਡੇ ਇਕੱਲਾ ਇੱਕ ਸਪੋਰਟ ਨੂੰ ਨਾ ਦਿੰਦੇ ਹੋਏ ਇੱਕ ਫੈਮਿਲੀ ਨੂੰ ਦਿੱਤਾ ਗਿਆ, ਸੋ ਦਿਸ ਇਜ਼ ਅ ਫਸਟ ਟਾਈਮ ਇਟ ਇਜ਼ ਡਨ। ਕਈ ਟਰੈਕ ਦੇਖ ਰਹੇ ਅਸੀਂ, ਇੱਕ ਉਹ ਟਰੈਕ ਆ, ਇੱਕ ਆਹ ਟਰੈਕ ਆ, ਇੱਕ ਟਰੈਕ ਹੈਗਾ, ਤਿੰਨ ਚਾਰ ਟਰੈਕ ਨੇ, ਇਹ ਟਰੈਕਸ 'ਤੇ ਕਿਹੜੀ ਕਿਹੜੀ ਗੱਡੀਆਂ ਚੱਲ ਰਹੀਆਂ ਨੇ, ਜਾਂ ਇਹ ਕਿ ਸਾਰੀ ਗੱਡੀਆਂ ਇੱਕ ਟਰੈਕ 'ਚ ਮੂਵ ਕਰਨੀ, ਕਿਹੜੀ ਹਿਸਾਬ ਹੈ ਇਹਦਾ? ਇਹ ਆਫ ਰੋਡਿੰਗ ਦੀਆਂ ਚਾਰ ਸਟੇਜਿਸ ਹੈਗੀਆਂ ਜੀ, ਦੈਟ ਇਜ਼ ਸਟੇਜ 1, 2, 3 ਐਂਡ 4। ਸਟਾਕ ਕੈਟੇਗਰੀ ਅਤੇ ਐਕਸਟ੍ਰੀਮ ਕੈਟੇਗਰੀਜ਼ ਲਈ ਡਿਫਰੈਂਟ ਹੈਗੀਆਂ। ਸਟਾਕ ਕੈਟੇਗਰੀ ਦਾ ਜਿਹੜਾ ਖੱਡਾ ਹੈਗਾ ਉਹ ਜ਼ਿਆਦਾ ਡੂੰਘਾ ਨਹੀਂ ਹੋਏਗਾ, ਐਕਸਟ੍ਰੀਮ ਵਾਲਿਆਂ ਦੇ ਵਿੱਚ ਪਾਣੀ ਪਿਆ ਹੋਇਆ। ਹਰ ਕੈਟੇਗਰੀ ਦੀ ਗੱਡੀ ਆਪਣੇ ਹਿਸਾਬ ਨਾਲ ਇੱਥੋਂ ਦੀ ਜਾਏਗੀ, ਉਹਦਾ ਟਾਈਮ ਨੋਟ ਔਰ ਪੈਨਲਟੀ ਨੋਟ ਕੀਤੀ ਜਾਏਗੀ। ਜਿੰਨੀਆਂ ਮੇਰੀਆਂ 50 ਗੱਡੀਆਂ ਪਾਰਟਿਸਪੈਂਟਸ ਹਨ, ਸਾਰੀਆਂ ਇਸ ਟਰੈਕਸ ਤੋਂ, ਇਸ ਆਫ ਰੋਡਿੰਗ ਦੇ ਓਬਸਟੀਕਲਸ ਤੋਂ ਲੰਘਣਗੀਆਂ। ਕਿਹੜੀ ਕਿਹੜੀ ਗੱਡੀ ਮੈਮ ਆ ਰਹੀਆਂ ਨੇ? ਜਿਵੇਂ ਮੇਰੇ ਕੋਲ ਜੀ ਜਿਪਸੀ ਸਟਾਕ ਹੈਗੀ ਹੈ, ਮੇਰੇ ਕੋਲ ਇੰਡੈਵਰ ਹੈਗੀ ਹੈ, ਮੇਰੇ ਕੋਲ ਗੋਰਖਾ ਹੈਗੀ ਹੈ, ਥਾਰ ਹੈਗੀ ਹੈ, ਸਫਾਰੀ ਹੈਗੀਆਂ ਨੇ, ਐਸ ਯੂ ਵੀ ਦੇ ਵਿੱਚ ਸਕਾਰਪੀਓਜ਼ ਹੈਗੀਆਂ ਨੇ, ਸੋ ਯੂ ਨੇਮ ਇਟ, ਅਤੇ ਮੇਰੇ ਕੋਲ ਸਾਰੀ ਮਸ਼ੀਨ ਇੰਜਨਸ ਹੈਗੇ ਨੇ। ਜਿਵੇਂ ਕਈ ਦੇਖਿਆ ਕਿ ਕਈ ਗੱਡੀਆਂ ਦਾ ਮੋਡੀਫਿਕੇਸ਼ਨ ਵੀ ਹੋਈ ਹੈ, ਜਿਵੇਂ ਮੈਂ ਪਿੱਛੇ ਮੈਂ ਗੱਡੀ ਇੱਕ ਦੇਖ ਰਿਹਾ, ਮੈਂ ਕੈਮਰਾ ਦੇਖਣਾ ਗੱਡੀ ਦਿਖਾਉਣੀ, ਜਿਵੇਂ ਗੱਡੀ ਇਹ ਸਟੋਕ ਦੇ ਵਿੱਚ ਨਹੀਂ ਆਉਂਦੀ ਹੈਗੀ, ਹਾਈ ਐਂਡ ਗੱਡੀ ਦੇ ਵਿੱਚ ਆਉਂਦੀ ਹੈ, ਮੋਡੀਫਾਈ ਪੁਟਲ ਹੈ, ਅਤੇ ਇਹਦਾ ਮੈਮ ਸਭ ਕੁਛ ਇੰਜਨ ਪਾਵਰ ਸਭ ਕੁਛ ਨੋਟ ਕੀਤਾ ਜਾਏਗਾ ਕਿ ਕਿਸ ਤਰੀਕੇ ਨਾਲ? ਹਾਂਜੀ, ਇਹਦੀ ਗੱਡੀ ਟਰੈਕ 'ਤੇ ਆਉਣ ਤੋਂ ਪਹਿਲਾਂ ਇਹਨਾਂ ਦੀ ਸਕਰੂਟਨੀ ਹੁੰਦੀ ਹੈ ਜੀ, ਇਹ ਕੈਟੇਗਰੀ ਡਿਫਾਈਸ ਕੀਤੀ ਜਾਂਦੀ ਹੈ, ਇਹ ਜੀਪ ਮੋਡੀਫਾਈਡ ਦੇ ਵਿੱਚ ਹੈਗੀ ਹੈ, ਤਾਂ ਇਹਦੀ ਕੈਟੇਗਰੀ ਦੀ ਜਿਹੜੀਆਂ ਬਾਕੀ 6
ਗੱਡੀਆਂ ਉਹਦੇ ਨਾਲ ਕੰਪੀਟ ਕਰਨਗੇ ਐਕਸਟ੍ਰੀਮ ਵਾਲਿਆਂ ਦਾ ਥੋੜਾ ਜਿਹਾ ਹੋਰ ਹਾਰਸ ਪਾਵਰ ਐਂਡ ਐਵਰੀਥਿੰਗ ਉਹ ਥੋੜਾ ਡਿਫਰੈਂਟ ਹੋ ਜਾਂਦਾ ਡਿਫਰੈਂਸ਼ੀਅਲਸ ਐਂਡ ਆਲ ਦੈਟ ਉਹ ਅਲੱਗ ਹੋ ਜਾਏਗਾ ਜਿਵੇਂ ਇੱਥੇ ਮੈਂ ਕਈ ਗੱਡੀ ਦੇਖਣੇ ਕਿ ਥਾਰ ਸਟੋਕ ਖੜੀ ਹੈ ਇਹ ਤੇ ਜਿਵੇਂ ਕੰਪਨੀ ਫਿਟਡ ਹੈ ਇਹਦੇ ਵਿੱਚ ਕੋਈ ਮੋਡੀਫਿਕੇਸ਼ਨ ਨਹੀਂ ਲੱਗ ਰਹੀ ਹੈ ਹੋਰ ਜਿਵੇਂ ਪਿੱਛੇ ਜਿਪਸੀ ਹੈ ਉਹ ਅਲੱਗ ਹੈ ਗੋਰਖਾ ਉਹ ਅਲੱਗ ਹੈ ਇਹਨਾਂ ਸਾਰਿਆਂ ਦਾ ਕੰਪੀਟੀਸ਼ਨ ਅਲੱਗ ਅਲੱਗ ਚੱਲ ਰਿਹਾ ਮੈਮ ਹਾਂਜੀ ਇਹਨਾਂ ਸਾਰਿਆਂ ਦਾ ਅਲੱਗ ਅਲੱਗ ਚੱਲ ਰਿਹਾ ਕਿਉਂਕਿ ਜਿਪਸੀ ਦੀ ਹਾਰਸ ਪਾਵਰ ਤੇ ਥਾਰ ਦੀ ਹਾਰਸ ਪਾਵਰ ਗੱਡੀਆਂ ਦੀ ਇੰਡੋਰੈਂਸ ਅਲੱਗ ਅਲੱਗ ਹੈਗੀ ਹੈ ਤੋ ਜਿਨ੍ਹਾਂ ਦੀ ਜਿਪਸੀ ਸਟੋਕ ਹੈਗੀ ਹੈ ਮੇਰੇ ਕੋਲ ਥਾਰ ਸਟੋਕ ਹੈਗੀ ਹੈ ਜੀਪ ਥਾਰ ਦੀ ਅਤੇ ਇੱਦਾਂ ਅਲੱਗ ਅਲੱਗ ਕੈਟਾਗਰੀਜ਼ ਆਈ ਹੈਵ 15 ਕੈਟਾਗਰੀਜ਼ ਵਿਚ ਆਰ ਰਨਿੰਗ ਰਾਈਟ ਨਾਓ ਹਰ ਗੱਡੀ ਆਪਣੀ ਕੈਟਾਗਰੀ ਦੇ ਨਾਲ ਕੰਪੀਟ ਕਰੇਗੀ ਹਰ ਇੱਕ ਡਰਾਈਵਰ ਆਪਣੀ ਸਕਿੱਲਸ ਦੇ ਨਾਲ ਕੰਪੀਟ ਕਰੇਗਾ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਕਿ ਇੱਕ ਗੱਡੀ ਬੰਦੇ ਨੇ ਗੱਡੀ ਪਾਵਰਫੁਲ ਲੈ ਲਈ ਅਤੇ ਡਰਾਈਵਰ ਥੋੜ੍ਹਾ ਉਸ ਨੋਰਮਲ ਲੈਵਲ ਦਾ ਉਹ ਗੱਡੀ ਵਿਨ ਹੋ ਜਾਏਗੀ ਇਸ ਤਰੀਕੇ ਨਾਲ ਹੁੰਦਾ ਕਿ ਦੋਵਾਂ ਦਾ ਮਿਕਸਿੰਗ ਹੋਣਾ ਬਹੁਤ ਜ਼ਰੂਰੀ ਹੈ ਜੀ ਸਕਿੱਲ ਹੋਣੀ ਜ਼ਰੂਰੀ ਹੈਗੀ ਹੈ ਕਹਿੰਦੇ ਘੋੜਾ ਲੈ ਲਓਗੇ ਤਾਂ ਸਵਾਰੀ ਵੀ ਤਾਂ ਆਉਣੀ ਚਾਹੀਦੀ ਹੈ ਪੰਜਾਬੀ 'ਚ ਕਹਿੰਦੇ ਸੁਰਮਾ ਸਾਰੇ ਪਾ ਲੈਂਦੇ ਮਟਕਾਣਾ ਕਿਸੇ ਕਿਸੇ ਨੂੰ ਆਉਂਦਾ ਹੈਗਾ ਜੀ ਤਾਂ ਉਸੇ ਤਰ੍ਹਾਂ ਹੈ ਬਟ ਟਰੈਕ ਬਹੁਤ ਸੇਫ ਬਣਾਏ ਗਏ ਨੇ ਅਸੀਂ ਬਾਰ ਬਾਰ ਇਹਨਾਂ ਨੂੰ ਚੈੱਕ ਕੀਤਾ ਗਿਆ ਜਿੱਥੇ ਸਾਨੂੰ ਲੱਗਿਆ ਕਿ ਕੁਛ ਹੈਗਾ ਇੱਥੇ ਕਾਫੀ ਗੱਡੀਆਂ ਜਿਹੜੀਆਂ ਐਕਸਟ੍ਰੀਮ ਵਾਲੀਆਂ ਵੀ ਥੋੜ੍ਹੀ ਜਿਹੀਆਂ ਔਖੀਆਂ ਹੋ ਰਹੀਆਂ ਸੀਗੀਆਂ ਅਤੇ ਉਹਦੇ ਲਈ ਅਸੀਂ ਥੋੜ੍ਹਾ ਜਿਹਾ ਡਾਇਵਰਜਨ ਦਿੱਤੀ ਹੈਗੀ ਹੈ ਸੋ ਵੀ ਆਰ ਡੂਇੰਗ ਇਟ ਟਰੈਕ ਚੈੱਕ ਵੀ ਕਿਤੇ ਤੁਸੀਂ ਵੀ ਇਹ ਟਰੈਕ ਇਵੇਂ ਬਣਨੇ ਚਾਹੀਦੇ ਆ ਕਿਤੇ ਪਹਿਲਾਂ ਬਣਾਏ ਹੋਣ ਤੁਸੀਂ ਜੀ ਅਸੀਂ ਇਹ ਪਿਛਲੇ 9 ਸਾਲਾਂ ਤੋਂ ਕਰ ਰਹੇ ਹੈਗੇ ਹਾਂ ਵੀ ਬੀਨ ਡੂਇੰਗ ਫੋਰ ਡਿਫਰੈਂਟ ਲੈਵਲਸ ਫੋਰੈਸਟ ਹਿੱਲ ਕਰਵਾਇਆ ਗਿਆ ਸੁਖਵਿਲਾਸ 'ਚ ਕਰਵਾਇਆ ਗਿਆ ਸਾਡਾ ਗੁੜਗਾਉਂ ਦੇ ਵਿੱਚ ਆਫ ਰੋਡ ਐਡਵੈਂਚਰ ਜ਼ੋਨ ਕਰਕੇ ਆਪਣੀ ਥਾਂ ਹੈਗੀ ਹੈ ਵੀ ਬੀਨ ਡੂਇੰਗ ਇਟ ਦੇਅਰ ਮੇਰੇ ਕੋਲ ਡੈਲੀ ਤੋਂ ਗਗਨ ਸਚਦੇਵਾ ਹੈਗੇ ਨੇ ਐਜ਼ ਐਨ ਐਕਸਪਰਟ ਜਿਨ੍ਹਾਂ ਨੇ ਟਰੈਕ ਡਿਜ਼ਾਈਨ ਕੀਤਾ ਔਰ ਟਰੈਕ ਪਹਿਲਾਂ 3D ਹੋਇਆ ਫਿਰ ਇਨ ਬੀਂਗ ਹੋਇਆ ਫਿਰ ਇਹਦੀ ਟੈਸਟਿੰਗ ਕੀਤੀ ਗਈ ਹੈ ਤਾਂ ਲਗਾਤਾਰ 5-6 ਦਿਨਾਂ ਤੋਂ ਇਹ ਟਰੈਕ 'ਤੇ ਕੰਮ ਕੀਤਾ ਜਾ ਰਿਹਾ ਹੈਗਾ ਪੰਜਾਬੀ ਗੱਡੀਆਂ ਤਾਂ ਲੈ ਲੈਂਦੇ ਗੱਡੀਆਂ ਦੇ ਸ਼ੌਕੀਨ ਬੜੇ ਨੇ ਪੰਜਾਬ 'ਚ ਲੱਖ ਦੀ ਰੂਬੀਕੋਨ ਲੈ ਲਈ ਥਾਰ ਲੈ ਲਈ ਪਰ ਚਲਾਉਣੀਆਂ ਸੜਕਾਂ 'ਤੇ ਹੀ ਆ ਜੇ ਤੁਸੀਂ 25 ਲੱਖ ਦੀ ਰੂਬੀਕੋਨ ਲੈ ਲਈ ਜਾਂ 60 ਲੱਖ ਦੀ ਰੂਬੀਕੋਨ ਲੈ ਲਈ ਹੈ ਜਾਂ 25 ਲੱਖ ਦੀ ਥਾਰ ਲੈ ਲਈ ਹੈ ਤੁਸੀਂ ਰੋਡ 'ਤੇ ਵੀ ਰਸਤੇ 'ਤੇ ਹੈ ਨਹੀਂ ਉਹ ਲੱਗਦਾ ਕਿ ਇੱਥੇ ਯੂਜ਼ ਕਰਨੀ ਹੋਣੀ ਚਾਹੀਦੀ ਹੈ ਜੀ ਪੰਜਾਬੀਆਂ ਨੂੰ ਬਿਲਕੁਲ ਆਉਣੀ ਚਾਹੀਦੀ ਔਰ ਮੇਰੇ ਕੋਲ ਕਾਫੀ ਜਾਣੇ ਇੱਦਾਂ ਦੇ ਹੈਗੇ ਜਿਨ੍ਹਾਂ ਨੇ ਹੁਣੀ ਹੁਣੀ ਗੱਡੀਆਂ ਕਢਾਈਆਂ ਨੇ ਐਂਡ ਉਹ ਕਹਿ ਰਹੇ ਸੀਗੇ ਕਿ ਸਾਨੂੰ ਇੱਕ ਟਰੈਕ ਚਾਹੀਦਾ ਤਾਂ ਹੀ ਅਗੇਨ ਜਿਵੇਂ ਮੈਂ ਕਹਿੰਦੀ ਹਾਂ ਚੈੱਕ ਤਾਂ ਕਰ ਸਕਣ ਵੀ ਜਿਸ ਚੀਜ਼ ਦੇ ਪੈਸੇ ਪੇ ਕਰ ਰਹੇ ਨੇ ਉਹ ਕਿ 25-25 ਲੱਖ ਰੁਪਏ ਪੇ ਕਰ ਰਹੇ ਨੇ 60 ਲੱਖ ਪੇ ਕਰ ਰਹੇ ਨੇ ਉਸ ਚੀਜ਼ ਲਈ ਗੱਡੀ ਵਾਜਬ ਹੈ ਕਿ ਨਹੀਂ ਹੈ ਵਾਜਬ ਹੈ ਕਿ ਨਹੀਂ ਹੈਗਾ ਇਹ ਈਵਨ ਕਿ ਬਾਕੀ ਗੱਡੀਆਂ ਵੀ ਆਪਣੇ ਟਰੈਕਸ ਬਣਾਉਂਦੀਆਂ ਨੇ ਬਟ ਟ੍ਰਾਈ ਸਿਟੀ ਦੇ ਵਿੱਚ ਵੀ ਆਰ ਡੂਇੰਗ ਇਟ ਐਂਡ ਜਲਦ ਜਨਵਰੀ ਮਿਡ ਦੇ ਵਿੱਚ ਵੀ ਆਰ ਅਗੇਨ ਕਮਿੰਗ ਵਿਦ ਅਨਦਰ ਟਰੈਕ ਸੋ ਸਾਡਾ ਨੈਕਸਟ ਚੈਪਟਰ ਜਨਵਰੀ ਮਿਡ ਦੇ ਵਿੱਚ ਆਏਗਾ ਜਿੱਥੇ ਹੋਰ ਪਾਰਟਿਸਿਪੈਂਟਸ ਤੁਹਾਨੂੰ ਦਿਖਣਗੇ ਕਿੱਧਰ ਕਰੋਗੇ ਤੁਸੀਂ ਵੈਸੇ ਏਰੀਆ ਠੀਕ ਰਹੇ ਕਿੱਧਰ ਕਰੋਗੇ ਮੋਹਾਲੀ ਹੀ ਕਰਾਂਗੀ ਜੀ ਮੇਰਾ ਮੋਹਾਲੀ ਆਈ ਐਮ ਬੋਰਨ ਬ੍ਰੌਟ ਅਪ ਹੇਅਰ ਮੇਰਾ ਮੋਹਾਲੀ ਮੈਨੂੰ ਬਹੁਤ ਇੰਪੋਰਟੈਂਟ ਹੈਗਾ ਚੰਡੀਗੜ੍ਹ ਦੇ ਵਿੱਚ ਇੰਨਾ ਕੁਛ ਹੈ ਮੋਹਾਲੀ ਡੈਡ ਸਿਟੀ ਹੋਈ ਹੋਈ ਹੈ ਐਂਡ ਸਪੋਰਟ ਸਾਡੀ ਮੋਟਰ ਸਪੋਰਟਸ ਵੀ ਕੋਵਿਡ ਤੋਂ ਬਾਅਦ ਕਾਫੀ ਡਾਊਨ ਹੋ ਗਈ ਹੈ ਸੋ ਮੋਹਾਲੀ ਹੀ ਰਹੇਗਾ ਔਰ ਇੱਥੇ ਹੀ ਇਵੈਂਟਸ ਹੋਣਗੇ ਰਿਸਪੌਂਸ ਵਧੀਆ ਲੱਗਦਾ ਕਿ ਦੇਖ ਕੇ ਟਰੈਕਟਰ ਦੇ ਬਹੁਤ ਟੋਚਨ ਦੇਖਦੇ ਹੁੰਦੇ ਪੰਜਾਬੀ ਹੁਣ ਲੱਗਦਾ ਗੱਡੀਆਂ ਨੂੰ ਵੀ ਦੇਖਣ ਲੱਗ ਗਏ ਐਵੇਂ ਬਿਲਕੁਲ ਦੇਖ ਰਹੇ ਹਾਂ ਜੀ ਬਿਲਕੁਲ ਦੇਖ ਰਹੇ ਨੇ ਤਾਂ ਹੀ ਉਹਨਾਂ ਨੂੰ ਦੇਖਣ ਆਉਂਦੇ ਨੇ ਤਾਂ ਡਰਾਈਵਰ ਹੋਰ ਮੋਟੀਵੇਟ ਹੋ ਕੇ ਆਉਂਦੇ ਨੇ ਜੀ 50 ਅਗਲੀ ਵਾਰੀ 100 ਗੱਡੀਆਂ ਨੂੰ ਇਕੱਠੀਆਂ ਹੋ ਜਾਣੀਆਂ ਵਾਹਿਗੁਰੂ ਮੇਹਰ ਕਰਨ ਤਾਂ ਜ਼ਰੂਰ ਹੋਏਗੀ ਬਿਲਕੁਲ ਲੋਕ ਚਾਹੁੰਦੇ ਆ ਗੱਡੀਆਂ ਪਤਾ ਚੱਲੇ ਵੀ ਕਿੰਨੀ ਗੱਡੀ ਜਿਹੜੀ ਲਈ ਹੈ ਜੋ ਕੰਪਨੀ ਕਰ ਰਹੀ ਹੈ ਉਹ ਹੈ ਕਿ ਨਹੀਂ ਹੈ ਗੱਡੀ ਦਾ ਜਿਹੜੀ ਉਹ ਕਿੰਨੀ ਸਾਰੀ ਸਪੈਸੀਫਿਕੇਸ਼ਨ ਦੱਸਦੇ ਆ ਕਿ ਜੀ ਇਹਦੇ 'ਚ ਆਹ ਲੋਕ ਹੈ ਇਹਦੇ ਵਿੱਚ ਇੱਦਾਂ ਹੈ ਉੱਦਾਂ ਹੈ ਪਰ ਜਦ ਤੱਕ ਤੁਸੀਂ ਉਹਨੂੰ ਸਹੀ ਟਰੈਕ 'ਤੇ ਨਹੀਂ ਪਜਾਓਗੇ ਤੁਹਾਨੂੰ ਗੱਡੀ ਦੀ ਪਾਵਰ ਦਾ ਹੀ ਨਹੀਂ ਪਤਾ ਚੱਲੇਗਾ ਗੱਡੀ ਦਾ ਪਾਵਰ ਤਦੋਂ ਪਤਾ ਚੱਲੇਗਾ ਜਦੋਂ ਉਹਨੂੰ ਤੁਸੀਂ ਕਿਸੇ ਸਟਰਗਲ 'ਚ ਪਾਓਗੇ ਔਰ ਆਹ ਅਸੀਂ ਉਹਨਾਂ ਨੂੰ ਸਟਰਗਲ ਦਿੱਤੀ ਹੈ ਅਸੀਂ ਪੰਜਾਬੀਆਂ ਲਈ ਪਲੇਗਰਾਉਂਡ ਦਿੱਤਾ ਆਓ ਖੇਡੋ ਜੀ ਥੈਂਕ ਯੂ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਰਾਣਾ ਮੈਮ ਬਹੁਤ ਧੰਨਵਾਦ ਤੁਹਾਡੇ ਨਾਲ ਗੱਲਬਾਤ ਕੀਤੀ ਤਮਾਮ ਤੁਸੀਂ ਦੇ ਸਕਦੇ ਹੋ ਕਿ ਤੁਸੀਂ ਗੱਡੀ ਲੈ ਲੈਣੀ 25 ਲੱਖ ਦੀ 60 ਲੱਖ ਦੀ ਰੂਬੀਕੋਨ ਲੈ ਲਈ ਥਾਰ ਲੈ ਲਈ ਪਰ ਜੇ ਰੋਡ 'ਤੇ ਚਲਾਉਣੀ ਹੈ ਤਾਂ ਆਮ ਗੱਡੀ ਚਲਾ ਲਓਗੇ ਤੁਸੀਂ ਗੱਡੀ ਨੂੰ ਪਤਾ ਹੋਣਾ ਚਾਹੀਦਾ ਵੀ ਗੱਡੀ ਕਿੰਨੀ ਕੁ ਕਾਬਲ ਆ ਜੋ ਕੰਪਨੀ ਕਹਿ ਰਹੀ ਹੈ ਉਹਨਾਂ ਗੱਲਾਂ 'ਤੇ ਗੱਡੀ ਖੜ੍ਹਦੀ ਕਿ ਨਹੀਂ ਖੜ੍ਹਦੀ ਉਹ ਤੁਹਾਨੂੰ ਇਸ ਟਰੈਕ 'ਤੇ ਦੇਖਣ ਨੂੰ ਮਿਲੇਗਾ ਕੈਮਰਾ ਪਰਸਨ ਜਸ਼ਨ ਦੇ ਨਾਲ ਡੇਲੀ ਪੋਸਟ ਪੰਜਾਬੀ ਮੋਹਾਲੀ